ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਸਾਡੇ ਤੇ ਪਵੇ ਯੂਟਿਊਬ ਚੈਨਲ ਇਰਫਾਨ ਸ਼ਰਾਰਤੀ। ਦੋਸਤੋ, ਮੈਂ ਚੁੱਕਰ ਲੰਘਾ ਪਿਆ ਵੀ ਅਤੇ ਮੈਂ ਕੋਈ ਸੂਰਮੁਖੀ ਨਜ਼ਰ ਆਏ ਅਤੇ ਸੂਰਮੁਖੀ ਦਾ ਇਹ ਸੀਨ ਵੀ ਬੜਾ ਪਿਆਰਾ ਨਜ਼ਰ ਆਉਂਦਾ ਪਿਆ। ਸੂਰਮੁਖੀ ਦੀ ਮੌਸਮ ਹੈ, ਤੁਹਾਨੂੰ ਪਤਾ ਕਿ ਇਹ ਮੌਸਮ ਵੱਲ ਸੂਰਮੁਖੀ ਦੀ ਹੁੰਦੀ ਹੈ। ਅਪ੍ਰੈਲ ਮਈ ਦੇ ਮਹੀਨੇ ਦੇ ਵਿੱਚ ਸੂਰਮੁਖੀ ਕੋ ਜ਼ੋਰ ਹੁੰਦਾ ਅਤੇ ਇਹ ਸੂਰਜਮੁਖੀ ਇਹ ਜਿਹੜੇ ਪੀਲੇ ਪੀਲੇ ਇਹ ਫੁੱਲ ਨਜ਼ਰ ਆਉਂਦੇ ਪੈਣ, ਬਹੁਤ ਜ਼ਬਰਦਸਤ ਨਜ਼ਰ ਆਉਂਦੇ ਪੈਣ। ਅੱਛਾ ਦੋਸਤੋ, ਬਈ ਗੱਲ ਇਹ ਹੈ ਕਿ ਹੁਣ ਟਾਈਮ ਹੈ ਤਕਰੀਬਨ ਸਵੇਰੇ ਸਵੇਰੇ 6:30 ਦਾ। ਮੈਂ ਕੋ ਅੱਜ ਪਾਲਾ ਲੱਗਾ ਕਰੇ, ਉਹ ਜੇ ਕੋ ਠੰਡ ਵੀ ਆ ਦਿਨ, ਸਰਦੀ ਵੀ ਆ ਦਿਨ, ਉਹੋ ਪਾਲਾ ਮੈਂ ਕੋ ਲੱਗਾ ਕਰੇ। ਇਹ ਤੁਸਾਂ ਮੈਂ ਕੋ ਦੱਸਾ ਹੈ, ਤੁਹਾ ਕੋਈ ਪਾਲਾ ਲੱਗਾ ਜਾਂ ਕਾਹ ਨਹੀਂ ਲੱਗਾ? ਠੰਡ ਸਰਦੀ ਮੈਂ ਕੋ ਤਾਂ ਲੱਗਾ ਖੜੇ, ਮੈਂ ਕੋ ਤੁਸਾਂ ਕਮੈਂਟ ਵਿੱਚ ਜ਼ਰੂਰ ਦੱਸਿਆ, ਸਿੱਧੀ ਸਿੱਧੀ ਦੱਸਣੀ ਹੈ। ਹਾਂ, ਇਹ ਕੋਟ ਸੂਟ ਕਾਹ ਨਹੀਂ ਮਾਰਨਾ ਅਤੇ ਵੀਡੀਓ ਦੇ ਨਾਲ ਨਾਲ ਰਾਮਣੇ ਵੀਡੀਓ ਪੂਰੀ ਦੇਖਣੀ ਹੈ। ਮੈਂ ਅੱਜ ਤੁਹਾਨੂੰ ਬਈ ਕੋਈ ਗੱਪ ਛੱਪ ਸੁਣੇ ਦਾ ਪਿਆ ਅੱਜ ਵਾਲ। ਅੱਛਾ ਦੋਸਤੋ, ਇਹ ਸੂਰਜਮੁਖੀ ਦਾ ਤੁਹਾਨੂੰ ਇਹ ਵੀ ਪਤਾ ਹੋ ਸੀ, ਇਹਦੇ ਕਿਆ ਫਾਇਦੇ ਹੋਣ, ਕਿਆ ਕਿਆ ਫਾਇਦੇ ਹੋਣ ਵੱਲ ਵੀ ਕਿਆ ਕਿਆ ਫਾਇਦੇ ਹੋਣ ਇਹਦਾ। ਮੇਰੇ ਖਿਆਲ ਇਹ ਬੜਦੇ ਪਤਾ ਨਹੀਂ, ਇਵੇਂ ਸੁਣਾਉਣ 'ਚ ਲੋਕ ਕੋਈ ਚੰਦ ਬੰਦੇ ਆ ਦਿਨ ਇਹਦਾ ਘਿਓ ਬੜਦੇ। ਹੁਣ ਇਹ ਪਤਾ ਕਰਨੀ ਇਹਦਾ ਘਿਓ ਬੜਦੇ ਜਾਂ ਵੱਲ ਪਤਾ ਨਹੀਂ ਘਿਓ ਬੜਦੇ, ਇਹ ਮੈਂ ਪੂਰਾ ਪਤਾ ਕਰਨੀ। ਇਹ ਵੀ ਤੁਸੀਂ ਮੈਂ ਕਮੈਂਟ ਦੇ ਵਿੱਚ ਖੁਦ ਆਪ ਦੱਸਿੰਦੇ ਰਹੋ, ਆਪਦੇ ਹੱਥ ਨਾਲ ਲਿਖ ਕੇ ਮੈਂ ਕੋਈ ਦੱਸਿੰਦੇ ਰਹੋ, ਠੀਕ ਹੈ? ਅਤੇ ਬਸ ਆਦੇ ਇਵੇਂ ਕੁਝ ਲੋਕ ਆਦਨ ਇਹਦਾ ਘਿਓ ਬੜਦੇ, ਲੇਕਿਨ ਮੈਨੂੰ ਜਿਵੇਂ ਸਮਝ 'ਚ ਆਉਂਦੇ ਨਾ, ਮੈਂ ਇੱਥੇ ਇਹ ਜੱਟ ਲੋਕ ਹੀ ਮਰਦੇ ਬਹਿਣ ਥੋੜ੍ਹੀ ਜਿਹੀ ਖੂਬਸੂਰਤੀ ਥੀ ਵਜੇ ਸੂਰਜਮੁਖੀ ਲੱਗੇ ਹੋ ਸੀ ਨਾ, ਖੂਬਸੂਰਤ ਇਹ ਜਾਲ ਲੱਗ ਸੀ, ਇੱਥੋਂ ਕਰ ਬੰਦਾ ਇਵੇਂ ਲੰਘ ਸੀ ਜੇ ਸਹੀ, ਥੋੜ੍ਹੀ ਥੋੜ੍ਹੀ ਹਲਕੀ ਹਲਕੀ ਸੂਰਜਮੁਖੀ ਵਾਲੀ ਖੁਸ਼ਬੋ ਵੀ ਹੋ ਸੀ। ਤਾਂ ਮੈਂ ਕੋ ਤਾਂ ਇਵੇਂ ਪਤਾ ਲੱਗਦਾ, ਹੁਣ ਅੱਗਾਂ ਪਤਾ ਕਰਨੀ ਇਹ ਕਿਤ ਵਾਸਤੇ ਲੋਕ ਬਹਿਣ ਬਲਕਿ ਹੁਣ ਮੈਂ ਤੁਹਾਨੂੰ ਬੈਕ ਕੈਮਰੇ 'ਤੇ ਵੀ ਦਿਖਾਉਂਦਾ ਖੜਾ। ਅੱਛਾ ਦੋਸਤੋ, ਇਹ ਸਾਹਮਣੇ ਸੂਰਜ ਜੀ ਵੇ ਢਾਲੀ ਦੇ ਉੱਤੇ ਵੱਲ ਡੂ ਤਰੇ ਛੋਟੀਆਂ ਛੋਟੀਆਂ ਖੱਜੀਆਂ ਵੀ ਖੜੀਆਂ ਦੇ ਵੱਲ, ਇਹ ਸਾਰਾ ਸੂਰਜਮੁਖੀ ਖੜੇ ਅਤੇ ਨਾਲ ਇਡੂ ਵੱਲ ਸੂਰਜਮੁਖੀ ਦੇ ਨਾਲ ਮਕਈ ਵੀ ਖੜੀਏ। ਅੱਛਾ ਦੋਸਤੋ, ਇਡੂ ਸੂਰਜਮੁਖੀ ਖੜੇ ਵੇ ਇਡੂ ਮਕਈ ਖੜੀਏ, ਪਰ ਉਹ ਵੱਲ ਕਣਕ ਆਈ, ਕਣਕ ਵੱਲ ਉਹ ਕਪਵਾ ਛੋੜੀ ਨੇ, ਮੇਰੇ ਖਿਆਲ ਹਾਰਵੈਸਟਰ ਕਣਕ ਖਾ ਗਈਏ, ਅਤੇ ਪਰ ਉਹ ਵੱਲ ਉਹ ਮਕਈ ਖੜੀਏ। ਅਤੇ ਕਿਆ ਨਜ਼ਾਰਾ ਹੈ, ਇਡੂ ਸੂਰਜਮੁਖੀ ਹੈ, ਇਡੂ ਵੱਲ ਮਕਈ ਖੜੀਏ, ਇਹ ਸੂਰਜਮੁਖੀ ਇਹ ਮਕਈ, ਪਰ ਉਹ ਰਸਤਾ, ਪਰ ਉਹ ਦਰਖਤ ਵੱਲ ਪਤਾ ਕਿਆ ਕਿਆ ਚੀਜ਼ਾਂ ਹਨ। ਮਜ਼ੀਦ ਵਹਿੰਦੇ ਹੈ ਅਗਲੇ ਰਸਤੇ 'ਤੇ। ਹਾਏ, ਬੜੇ ਸੋਹਣੇ ਸੋਹਣੇ ਲੱਗਦੇ ਪਏ ਇਹਨਾਂ ਦੇ ਨਾਲ, ਮੇਰਾ ਕਿਊਟ ਫੋਟੋ ਹੋਵੇ ਨਾ, ਮਜ਼ਾ ਆਵੇ ਸੀ ਫੋਟੋ ਦੇਖਣ ਦਾ ਵੀ ਅਤੇ ਫੋਟੋ ਛਿੱਕਣ ਦਾ ਵੀ। ਤਾਂ ਹੁਣ ਮੇਰੇ ਕੋਲ ਕੈਮਰਾ ਕਾਨੀ, ਕਿਵੇਂ ਫੋਟੋ ਛਿੱਕਦਾ ਰਹਾਂ? ਹਾਂ, ਮੈਂ ਕੋਈ ਵਿਹਲਾ ਤਾਂ ਕਹਿੰਦੀ ਨਾ। ਹੁਣ ਜਲੂ ਆਪਦੇ ਰਸਤੇ 'ਤੇ ਜਿਹੜੇ ਵਹਿੰਦੇ ਪੈਸੇ ਉੜੇ ਹੀ ਜਲੂ, ਮੈਂ ਕੋਲ ਲੱਗਾ ਖੜੇ ਪਾਲਾ ਮੈਂ ਹੁਣ ਦਿਲ ਕਰੇ ਨੇ, ਮੈਂ ਵਾਂ ਤੇ ਹੁਣੇ ਫਰਿੱਜ ਚਲਾ ਅਤੇ ਹੁੰਦੇ ਵਿੱਚ ਵੜਤ ਸਾਂਭ ਪਵਾਂ। ਆਹ ਵੱਲ ਤਾਂ ਉਹ ਹੱਥੋਂ ਜ਼ਿਆਦਾ ਸਰਦੀ ਲੱਗਦੀ, ਮੈਂ ਕੰਬੜ ਪੈ ਰਿਹਾ ਸਾਂ, ਮੈਂ ਵਾਲੀ ਇਕੱਠਾ ਤਿਆ ਪਿਆ ਸਾਂ। ਹਾਂ, ਬਲਕਿ ਹੁਣ ਵਾਂ ਤੇ ਬਿਸਤਰਾ ਚਾਹ ਅਤੇ ਬਿਸਤਰਾ ਜਿਹਦੇ ਵਿੱਚ ਕਪਾਹ ਨਾ ਹੋਵੇ, ਮੇਰਾ ਦਿਲ ਕਰਨ ਦੇ ਉਹ ਬਿਸਤਰਾ ਉੱਤੇ ਖੱਤ ਖੜਦੇ ਤਲੇ ਵੜਦੇ ਸਾਂ, ਖੜਦੇ ਤਲੇ ਕਿ ਨਾ, ਹਾਂ ਖੜਦੇ ਤਲੇ ਤਾਂ ਕੁੱਤਾ ਵੜਦਾ ਸਮਝੇ ਨਾ, ਮੈਂ ਖੜਦੇ ਉੱਤੇ ਸਮਸਾ। ਹਾਂ ਹਾਂ, ਮੈਂ ਕੋਈ ਚਬਲ, ਚਲੋ 5 ਮਿੰਟ ਤਾਂ ਬੰਦਾ ਚਬਲ ਪੜ ਵੈਂਦੇ, ਹੁਣ ਮੈਂ ਚਬਲ ਤਾਂ ਕਹਿਣੀ। ਅੱਛਾ ਦੋਸਤੋ, ਵੱਲ ਤੋਂ ਮਿਲ ਸੂ ਅਗਲੀ ਵੀਡੀਓ 'ਚ, ਉਤਰੇ ਤੱਕ ਤੁਸੀਂ ਮੈਂ ਕੋਈ ਇਜਾਜ਼ਤ ਦੇ ਸੋ, ਖੁਦਾ ਹਾਫਿਜ਼।